ਸਾਲ ਦੇ ਨੌਜਵਾਨ ਦਾ ਤੇਜ਼ ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਕਿ ਜਿਸ ਨੌਜਵਾਨ ਦਾ ਕਤਲ ਹੋਇਆ ਉਸਦਾ ਵੱਡਾ ਭਰਾ ਆਪਣੇ ਬੇਟੇ ਨੂੰ ਲੈ ਕੇ ਜੂਸ ਪਲਾਣ ਦੇ ਲਈ ਗਿਆ ਸੀ ਅਤੇ ਜਿੱਥੇ ਉਹ ਜੂਸ ਪਲਾ ਰਿਹਾ ਸੀ ਤਾਂ ਅਚਾਨਕ ਹੀ ਉੱਥੇ ਕੁਝ ਐਕਟਿਵਾ ਤੇ ਸਵਾਰ ਹੋ ਕੇ ਸ਼ਰਾਬੀ ਆਉਂਦੇ ਨੇ ਅਤੇ ਉਹ ਜ਼ਮੀਨ ਤੇ ਡਿੱਗ ਜਾਂਦੇ ਨੇ, ਜਿਸ ਤੋਂ ਬਾਅਦ ਦੇ ਵਿੱਚ ਇੱਕ ਵਿਅਕਤੀ ਉੱਥੇ ਹੱਸਣ ਲੱਗ ਜਾਂਦਾ, ਜਿਸ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਐਕਟਿਵਾ ਸਵਾਰਾਂ ਦੇ ਵੱਲੋਂ ਪਹਿਲਾਂ ਤਾਂ ਉਸ ਵਿਅਕਤੀ ਦੇ ਨਾਲ ਕੁੱਟਮਾਰ ਕੀਤੀ ਗਈ। ਉਸ ਤੋਂ ਬਾਅਦ ਦੇ ਵਿੱਚ ਕਿਹਾ ਜਾ ਰਿਹਾ ਕਿ ਜੋ ਵਿਅਕਤੀ ਜੂਸ ਪਲਾਉਣ ਦੇ ਲਈ ਆਪਣੇ ਬੇਟੇ ਨੂੰ ਆਇਆ ਸੀ ਉਸ ਨੂੰ ਵੀ ਉਹਨਾਂ ਦੇ ਵੱਲੋਂ ਫੜ ਲਿਆ ਗਿਆ। ਹਾਲਾਂਕਿ ਜੋ ਬੱਚਾ ਸੀ ਉਹ ਭੱਜ ਕੇ ਆਪਣੇ ਘਰ ਗਿਆ ਅਤੇ ਉਸਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਹ ਗੱਲਬਾਤ ਦੱਸੀ, ਜਿਸ ਤੋਂ ਬਾਅਦ ਕਿਹਾ ਜਾ ਰਿਹਾ ਕਿ ਇੱਕ ਹੋਰ ਨੌਜਵਾਨ ਜੋ ਕਿ ਉਸਦਾ ਭਰਾ ਲੱਗਦਾ ਸੀ, ਜੋ ਨੌਜਵਾਨ ਆਪਣੇ ਬੇਟੇ ਨੂੰ ਜੂਸ ਪਲਾਉਣ ਦੇ ਲਈ ਆਇਆ ਸੀ ਉਹ ਮੌਕੇ ਤੇ ਪਹੁੰਚਦਾ ਹੈ ਤਾਂ ਐਕਟਿਵਾ ਸਵਾਰ ਜੋ ਸ਼ਰਾਬੀ ਦੱਸੇ ਜਾ ਰਹੇ ਨੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਅਤੇ ਘੇਰ ਕੇ ਉਸਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ, ਜਿਸ ਦੇ ਵਿੱਚ ਕਿਹਾ ਜਾ ਰਿਹਾ ਕਿ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਤਾਂ ਦੱਸ ਦਈਏ ਕਿ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਜਿੱਥੇ ਤੇਜ਼ ਧਾਰ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਮਨਦੀਪ ਸਿੰਘ ਹੈ ਮੇਰਾ ਨਾਮ। ਭਾਈ ਅੱਜ ਹੋਇਆ ਕੀ ਸੀਗਾ? ਹੋਇਆ ਕੁਛ ਨਹੀਂ ਭਾਈ, ਸਾਡਾ ਕੋਈ ਰੌਲਾ ਚੱਕਰ ਨਹੀਂ ਸੀਗਾ। ਮੈਂ ਆਪਣੇ ਬੱਚੇ ਨੂੰ ਗਿਆ ਸੀਗਾ ਜੂਸ ਪਿਆਉਣ ਰੇੜੀ ਤੋਂ, ਤੇ ਉੱਥੇ ਅਚਾਨਕ ਹੀ ਬੰਦੇ ਆਏ, ਦਾਰੂ ਪੀਤੀ ਸੀ ਉਹਨਾਂ ਦੀ, ਐਕਟਿਵਾ ਤੋਂ ਗਿਰੇ ਤੇ ਨਾਨ ਦਾ ਜਿਹੜਾ ਕੋਈ ਹੋਰ ਸੀਗਾ ਤੇ ਮੇਰੇ ਨਾਨ ਖੜਾ ਸੀ ਕੋਕੇ ਤੇ ਭਈਆ, ਉਹਦੀ ਦਾਰੂ ਪੀਤੀ ਹੋਈ ਸੀਗੀ, ਉਹ ਕਿਤੇ ਹੱਥਣ ਲੱਗ ਗਿਆ, ਉਹਨਾਂ ਨੇ ਉਹਨੂੰ ਕੁੱਟਣ ਲੱਗ ਗਿਆ। ਉਹਨਾਂ ਦੇ ਨਾਨ ਦਾ ਜਿਹੜਾ ਪਾਰਟੀ ਦਾ ਬੰਦਾ ਸੀ ਉਹ ਆ ਕੇ ਉਹਨੇ ਮੈਨੂੰ ਫੜ ਲਿਆ ਤੇ ਉਹਨਾਂ ਦਾ ਨਾਂ ਨਹੀਂ ਮੈਨੂੰ ਪਤਾ ਹੈਗਾ, ਬਾਕੀ ਉਹਦੇ ਡੈਡੀ ਦਾ ਨਾਂ ਅਬਦੁੱਲ ਆ ਜਿਹੜੇ ਮੁੰਡੇ ਨੇ ਮਾਰਿਆ ਵਾ। ਕੋਈ ਪੁਰਾਣੀ ਰੰਜਿਸ਼ ਸੀਗੀ? ਰੰਜੇ ਰੁੰਜੇ ਕੁਛ ਨਹੀਂ ਸੀਗੀ ਸਰ, ਉਹਨਾਂ ਦੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਸੀਗੀ, ਬਸ ਇੰਨੀ ਕੁ ਗੱਲ ਤੇ ਇਹ ਚਲੇ ਗਏ ਉੱਧਰ। ਮੁੰਡਾ ਮੇਰਾ ਛੋਟਾ ਸੀਗਾ ਘਬਰਾ ਗਿਆ, ਉਹ ਗਿਆ ਭੱਜਿਆ ਭੱਜਿਆ ਘਰ, ਉਹਨੇ ਮੰਮੀ ਨੂੰ ਬੁਲਾ ਕੇ ਲਿਆਂਦਾ ਆਪਣੀ ਨੂੰ, ਤੇ ਉਹ ਆਏ ਪਰਿਵਾਰ ਆਇਆ ਇਕੱਠਾ ਹੋ ਕੇ, ਮੇਰਾ ਛੋਟਾ ਭਰਾ ਜਿਨ੍ਹਾਂ ਦੇ ਨਾਲ ਹੁਣ ਹਾਦਸਾ ਹੋਇਆ ਵਾ, ਇਹ ਆਏ ਇਹਨਾਂ ਦੇ ਪਤਾ ਨਹੀਂ ਉਹਨਾਂ ਨੇ ਕਿੱਦਾਂ ਪਿੱਛੇ ਦੀ ਆ ਕੇ ਘੇਰਾ ਪਾ ਕੇ ਇਹਦੇ ਪਤਾ ਨਹੀਂ ਕੀ ਸੀਨੇ ਦੇ ਵਿੱਚ ਮਾਰਿਆ ਕੀ ਨਹੀਂ ਮਾਰਿਆ ਹੈਗਾ। ਇਸ ਟਾਈਮ ਉਹ ਹੈ ਨਹੀਂ ਇਸ ਦੁਨੀਆ 'ਤੇ, ਜਾਣੀ ਕਿ ਪੂਰੇ ਹੋ ਚੁੱਕੇ ਆ। ਏਰੀਆ ਕਿਹੜਾ ਪੈਂਦਾ? ਸਾਡਾ ਏਰੀਆ ਢੰਡਾਰੀ ਖੁਰਦ ਪੈਂਦਾ ਜੀ, ਲੁਧਿਆਣਾ। ਉਹ ਸੀਗੇ ਜੀ 4-5 ਜਾਣੇ ਸੀਗੇ, ਘਰ ਦੇ ਸੀਗੇ। ਹਾਂਜੀ, ਉਹਨਾਂ ਦੇ ਸਾਰੀ ਫੈਮਿਲੀ ਹੋਈ ਸੀ, ਅਸੀਂ ਸਰ ਚੈੱਕ ਕਰਾਵਾਂਗੇ। ਬਾਹਰਲਾ ਬੰਦਾ ਕੋਈ ਨਹੀਂ ਸੀ ਉਹਨਾਂ ਦਾ, ਉਹਨਾਂ ਦੀ ਸਾਰੀ ਫੈਮਿਲੀ ਸੀ, ਸਾਰੇ ਭਰਾ ਸੀਗੇ ਤੇ ਉਹਨਾਂ ਦੇ ਭਤੀਜੇ ਸੀਗੇ ਨਾਲ। ਤੁਹਾਡੇ ਵਾਕਫ ਨੇ ਉਹ ਜਿਹੜੇ ਉਹਨੇ ਸਾਡੇ ਮੁਹੱਲੇ 'ਚ ਹੀ ਰਹਿੰਦੇ ਆ ਜੀ ਉਹ? ਹਾਂਜੀ। ਰੰਜਿਸ਼ ਨਹੀਂ ਜੀ, ਰੰਜਿਸ਼ ਕੋਈ ਰੰਜਿਸ਼ ਨਹੀਂ, ਇਹ ਤਾਂ ਅਚਾਨਕ ਹੀ ਹੋਇਆ, ਪਤਾ ਨਹੀਂ ਕਿੱਦਾਂ ਹੋਇਆ ਕਿੱਦਾਂ ਨਹੀਂ ਹੋਇਆ, ਉਹਨਾਂ ਨੇ ਕੀ ਮਾਰਿਆ ਕੀ ਨਹੀਂ ਮਾਰਿਆ ਹੈਗਾ, ਜੋ ਇਹਨਾਂ ਦੇ ਨਾਲ ਇੱਦਾਂ ਹੋ ਗਿਆ। ਕਿੰਨੇ ਵਜੇ ਦਾ ਟਾਈਮ ਸੀਗਾ ਜਦੋਂ ਤੁਹਾਡਾ ਝਗੜਾ ਹੋਇਆ? ਤਕਰੀਬਨ ਹੋਇਆ ਹੁਣ ਤੋਂ ਘੰਟਾ ਹੋ ਗਿਆ, ਘੰਟਾ ਪਹਿਲੇ ਦੀ ਗੱਲ ਆ ਜੀ। ਕਿੰਨੀ ਉਮਰ ਹੈ ਜੀ? ਸਾਡੀ ਉਮਰ ਉਹਦੀ ਹੋਊਗੀ 30-32 ਸਾਲ ਹੋਣੀ ਹੈ ਜੀ। ਕੀ ਹੁਣ ਡਾਕਟਰ ਕੀ ਕਹਿੰਦੇ ਨੇ? ਡਾਕਟਰ ਕਹਿੰਦੇ ਇਸ ਟਾਈਮ ਇਹਦੇ ਵਿੱਚ ਸਾਹ 'ਚ ਕੁਛ ਨਹੀਂ, ਹਾਰਟ ਦੇ ਕੋਲ ਗਹਿਰਾ ਮਾਰਿਆ ਹੋਇਆ ਕੁਛ। ਤੇ ਪ੍ਰਸ਼ਾਸਨ ਨੂੰ ਮੌਕੇ ਤੇ ਫੋਨ ਕੀਤਾ ਸੀਗਾ? ਹਾਂਜੀ ਕੀਤਾ ਜੀ, ਉਹ ਉੱਥੇ ਪਹੁੰਚ ਗਏ ਸੀ, ਉਹਨਾਂ ਨੇ ਆਪਣੇ ਅੰਡਰ 'ਚ ਸਾਰੇ ਬੰਦੇ ਲੈ ਲਏ। ਹੁਣ ਉਹਦੇ ਪਰਚਾ ਕਰਾਉਣਾ, ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ? ਸਾਧਨ ਤੋਂ ਇਹੀ ਮੰਗ ਕਰਦੇ ਹਾਂ ਜੀ, ਜੋ ਸਾਡੇ ਨਾਲ ਸਾਡੇ ਪਰਿਵਾਰ ਨਾਲ ਹੋਇਆ ਉੱਦਾਂ ਹੀ ਉਹਦੇ ਨਾਲ ਹੋਣਾ ਚਾਹੀਦਾ ਵਾ। ਜਿੱਦਾਂ ਉਹਨਾਂ ਨੇ ਮੇਨ ਰੋਡ ਦੇ ਉੱਤੇ ਕੱਢ ਕੇ ਮੇਰੇ ਭਰਾ ਦੇ ਛੁਰਾ ਮਾਰਿਆ, ਉੱਦਾਂ ਹੀ ਅਸੀਂ ਉਹਨਾਂ ਦੇ ਉਹਦੇ ਨਾਲ ਕਰਨਾ ਚਾਹੁੰਦੇ ਹਾਂ, ਸਰਕਾਰ ਨਾਲ ਚਾਹੁੰਦੇ ਹਾਂ ਕਿ ਉਹ ਇਹੀ ਕਰਨ ਉਹਦੇ ਨਾਲ, ਜਿੱਦਾਂ ਸਾਡੇ ਨਾਲ ਹੋਇਆ ਉਹਦੇ ਛੋਟੇ ਛੋਟੇ ਬੱਚੇ ਰੋਲ ਗਏ। ਇਕੱਲਾ ਭਰਾ ਸੀ, ਇੱਕ ਪਹਿਲਾਂ ਛੋਟਾ ਭਰਾ ਸੀ, ਉਹ ਪਹਿਲਾਂ ਪੂਰਾ ਹੋ ਗਿਆ, ਹੁਣ ਲਾਸਟ ਬੱਚਾ ਸੀ ਇਹ ਵੀ ਚਲੇ ਗਿਆ, ਹੁਣ ਛੋਟੇ ਛੋਟੇ ਮਾਸੂਮ ਬੱਚੇ ਉਹਨਾਂ ਦੇ ਬੱਚਿਆਂ ਨੂੰ ਕੌਣ ਪਾਲੂਗਾ? ਕਿੰਨੀ ਕੁ ਉਮਰ ਆ ਬੱਚੇ ਦੀ? ਮੇਰੇ ਬੱਚੇ ਛੋਟੇ ਛੋਟੇ ਨੇ, 2-3 ਸਾਲ ਦਾ ਹੋਊਗਾ, ਇੱਕ 7 ਸਾਲ ਦਾ ਹੋਊਗਾ, 5-6 ਸਾਲ ਦਾ, 5-6 ਸਾਲ ਦਾ ਇੱਕ। ਹਾਂ, ਇਹਨੇ